ਫੁੰਦਾ ਤੇ ਦੇਖ ਲੋ ਟੈਲ ਸਾਰਾ ਮਾਰਵਲ ਆ ਲੱਗੀ ਹੋਈ ਆ ਵੋਲਟਾਈਜ ਲੱਗੀ ਹੋਈ ਆ ਠੀਕ ਹੈ ਵੀ ਚਲੋ ਕਿਉਂ ਨਾ ਅਸੀਂ ਇਹ ਸੇਲ ਕਰਕੇ ਇਹੀ ਬਜਟ ਦੇ ਵਿੱਚ ਅਸੀਂ ਉਧਰ ਮਕਾਨ ਲੈ ਲਾਂਗੇ ਠੀਕ ਹੈ ਜੀ ਆਹ ਦੇਖ ਲੋ ਸਾਰਾ ਦੇਖ ਲੋ ਸਾਰੀਆਂ ਕੰਧਾਂ ਜਿਹੜੀਆਂ ਵੋਲਟਾਈਜ ਲੱਗੀ ਹੋਈ ਆ ਵੀ ਐ ਨਹੀਂ ਹੈਗੀ ਕਿਤੇ ਸੈੱਲ ਆ ਜਾਂ ਉਦਾਂ ਹਨਾ ਸਾਰਾ نیچے ਮਾਰਵਲ ਲੱਗਿਆ ਹੋਇਆ 10 ਬਾਈ 10 ਦੇ ਦੋ ਰੂਮ ਮਿਲਨੇ ਆ ਤੁਹਾਨੂੰ ਠੀਕ ਹੈ ਜੀ 21 ਫਰੰਟ ਆ ਨਾ ਇਹ ਕਿਉਂ ਹੀ ਲੰਬਾਈ ਹੈ ਜੀ ਤੇ ਉਹਦੇ ਵਿੱਚ ਜਿਹੜੇ 10 ਬਾਈ 10 ਦੇ ਦੋ ਰੂਮ ਇਹਨਾਂ ਨੇ ਜਿਹੜੇ ਮੈਨੇਜ ਕੀਤੇ ਹੋਏ ਆ ਠੀਕ ਹੈ ਇੱਕ ਕਿਚਨ ਆ ਗਰਾਉਂਡ ਫਲੋਰ ਤੇ ਇੱਕ ਜਿਹੜਾ ਮੰਨ ਲਓ ਆਪਦਾ ਲੀਲਾ ਕਪੜਾ ਵਾ ਹੋਰ ਅਨਮੀਲੀਅਮ ਦੇ ਕੈਵਨ ਬਣਾਏ ਹੋਏ ਆ ਠੀਕ ਆ ਇੱਥੇ ਤੁਸੀਂ ਵਧੀਆ ਸਟੋਰ ਕਰ ਸਕਦੇ ਹੋ ਆਪਦਾ ਸਮਾਨ ਰੱਖ ਜਗਾ 50 ਗਜ ਹੋਣ ਦੇ ਨਾਲ ਜਿਹੜੀ ਮੈਨੇਜਮੈਂਟ ਆ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਆ ਹੈਨਾ ਕਿਚਨ ਇਹ ਮੇਨ ਹੁੰਦੀਆਂ ਕਿਚਨ ਬਾਥਰੂਮ ਜਿਵੇਂ ਰੂਮ ਉਹ ਚੀਜ਼ਾਂ ਇਹਨਾਂ ਨੇ ਜਿਹੜੀ ਮੈਨੇਜਮੈਂਟ ਆ ਥੋੜੀ ਜਗ੍ਹਾ ਦੇ ਵਿੱਚ ਵਧੀਆ ਤਰੀਕੇ ਨਾਲ ਕੀਤੀ ਹੋਈ ਆ ਠੀਕ ਆ ਜੀ ਇੰਗਲਿਸ਼ ਸੀਟ ਆ ਗੀਜ਼ਰ ਲੱਗਿਆ ਹੋਇਆ ਵੋਲਟ ਆ ਸਾਰੀ ਕੰਧ ਤੇ ਲੱਗੀ ਹੋਈ ਆ ਐਨ ਵੀ ਹੈਗਾ 4 4 ਫੁੱਟ ਤੇ ਲਾਤੀ ਸੌਰੀ ਕਾਂਦੀ ਕਵਰ ਕੀਤੀ ਹੋਈ ਆ ਕਿਉਂਕਿ ਉਹਨਾਂ ਨੇ ਸੌਂਕ ਨਾਲ ਹਨਾ ਤਿਆਰ ਕੀਤਾ ਹੋਇਆ ਸਾਰਾ ਬਾਤ ਇਹਨਾਂ ਨੂੰ ਕਹਾਂਗੇ ਮਾਲਕ ਪ੍ਰਾਪਰਟੀ ਲਵਰ ਚੈਨਲ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਫਿਰ ਤੁਹਾਡੇ ਲਈ ਜਿਹੜਾ 50 ਗਜ ਦੇ ਵਿੱਚ ਡਬਲ ਸਟੋਰੀ ਮਕਾਨ ਲੈ ਕੇ ਆਏ ਆ ਠੀਕ ਹੈ ਜੀ ਇਹ ਜਿਹੜਾ ਮਕਾਨ ਹੈ ਲੋਕੇਸ਼ਨ ਸੋਲੋ ਲੁਧਿਆਣਾ ਸ਼ਹਿਰ ਦੇ ਵਿੱਚ ਹੈ ਠੀਕ ਹੈ ਜਦੋਂ ਆਪਾਂ ਗੱਲ ਰੋਡ ਤੋਂ ਨਹਿਰ ਤੋਂ ਇਧਰ ਨੂੰ ਆਉਂਦੇ ਆ ਠੀਕ ਹੈ ਜੀ ਇਹ ਹੈਗਾ ਕੁਆਲਿਟੀ ਚੌਕ ਜਿਹੜੇ ਵੀਰ ਜਾਣਦੇ ਆ ਇਹ ਏਰੀਏ ਬਾਰੇ ਉਹਨਾਂ ਨੂੰ ਤਾਂ ਚਲੋ ਪਤਾ ਹੀ ਆ ਹਨਾ ਬਾਕੀ ਤੁਸੀਂ ਫੋਨ ਲਾ ਲਿਓ ਮੌਕੇ ਤੇ ਗੱਲ ਨਹਿਰ ਤੋਂ ਇਹ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੇ ਮਕਾਨ ਹੈ ਡਬਲ ਸਟੋਰੀ ਠੀਕ ਹੈ ਜੀ 50 ਗਾਜ ਦੇ ਵਿੱਚ 21 ਫਰੰਟ ਹੈ ਇਹਦਾ 21 ਲੰਬਾਈ ਹੈ ਠੀਕ ਹੈ ਜੀ ਤੇ ਇਹਦੀ ਹੈਗੀ ਆ ਸਾਊਥ ਫੇਸਿੰਗ ਹੈ ਓਕੇ ਜੀ 21 ਫਰੰਟ ਹੈ 21 ਲੰਬਾਈ ਹੈ ਸਾਊਥ ਫੇਸਿੰਗ ਹੈ ਡਬਲ ਸਟੋਰੀ ਹੈ نیچے ਵੀ ਇੱਕ ਸੈੱਟ ਬਣਿਆ ਉੱਪਰ ਵੀ ਇੱਕ ਸੈੱਟ ਬਣਿਆ ਮਾਲਕਾਂ ਨੇ ਉੱਪਰਲਾ ਜਿਹੜਾ ਹਨਾ ਸੈੱਟ ਆ ਇਹ ਦੋ ਬੈੱਡਰੂਮ ਹੈ ਕਿਚਨ ਹੈ ਟਾਇਲਟ ਬਾਥਰੂਮ ਹੈ ਉਹ ਜਿਹੜਾ ਕਿਰਾਏ ਤੇ ਦਿੱਤਾ ਹੋਇਆ ਜਿਹਦਾ ਇਹ 5 ਤੋਂ 6000 ਰੁਪਿਆ ਰੈਂਟ ਰਸੀਵ ਕਰਦੇ ਨੇ ਪਰ ਮੰਥ ਠੀਕ ਹੈ ਜੀ نیچے ਜਿਹੜੀ ਇਹਨਾਂ ਦੀ ਰਹਿائش ਆਉਦੀ ਆ ਤੇ ਬਾਕੀ ਇਹ ਬਹੁਤ ਵਧੀਆ ਇਨਕਮ ਦਾ ਸੋਰਸ ਵੀ ਹੈ ਠੀਕ ਹੈ ਜਿਨ੍ਹਾਂ ਕੋਲੇ ਮਕਾਨ ਹੈ ਨਹੀਂ ਉਹ ਵੀ ਆਪ ਦਾ ਉਹਨਾਂ ਲਈ ਵੀ ਬੈਸਟ ਆ ਕਿਉਂਕਿ ਨਾਲ ਦੀ ਨਾਲ ਜਿਹੜੇ ਬੰਦੇ ਲੋਨ ਕਰਾ ਕੇ ਵੀ ਆਪਦਾ ਇਹ ਮਕਾਨ ਬਣਾ ਸਕਦੇ ਨੇ ਕਿਉਂਕਿ 5-6000 ਉਧਰੋਂ ਰੈਂਟ ਆਉ ਕੋਸ ਤੁਸੀਂ ਆਪ ਦਾ ਪਾ ਕੇ ਜੇ ਮੰਨ ਲਓ ਤੁਸੀਂ ਆਪ ਦਾ ਰਹਿਨੇ ਵੀ ਹੋ ਹਨਾ ਕਿਰਾਏ ਤੇ ਰਹਿਨੇ ਹੋ ਉੱਥੇ ਵੀ 8 ਤੋਂ 9000 ਰੁਪਿਆ ਕਿਰਾਇਆ ਚੱਲੀ ਜਾਂਦਾ ਜੀ ਸੈਪਰੇਟ ਦਾ ਠੀਕ ਹੈ ਉਹੀ ਤੁਸੀਂ 500 6 ਇਹ 5000 6000 ਇਹ ਵਿੱਚ ਪਾ ਕੇ ਯਾਨੀ ਕਿ 12 ਤੋਂ 13000 ਰੁਪਿਆ ਆਪ ਦੀ ਕੈਸਟ ਪੇ ਕਰ ਸਕਦੇ ਹੋ ਜਿਸ ਦੇ ਨਾਲ ਮਕਾਨ ਤੁਹਾਡਾ ਬਣ ਜਾਊਗਾ ਮਕਾਨ ਦਾ ਜਿਹੜਾ ਪ੍ਰਾਈਸ ਆ ਬਿਲਕੁਲ ਜਾਇਜ ਆ ਰੇਟ ਦੱਸੂਗਾ ਲੋਕੇਸ਼ਨ ਮੈਂ ਤੁਹਾਨੂੰ ਦੱਸਤੀ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੀ ਮੈਂ ਇਹ ਵੀਡੀਓ ਬਣਾ ਰਿਹਾ ਸਾਹਮਣੇ ਦੇਖ ਲਓ ਠੀਕ ਹੈ ਜੀ ਮੇਨ ਰੋਡ ਆ ਇਹ ਮੇਨ ਰੋਡ ਤੋਂ ਤਕਰੀਬਨ ਮੰਨ ਲਓ 100 ਮੀਟਰ ਦੀ ਦੂਰੀ ਤੇ ਇਹ ਮਕਾਨ ਹੈ ਠੀਕ ਹੈ ਜੀ ਇਹ ਰੋਡ ਆਉਂਦਾ ਨਹਿਰ ਤੋਂ ਗੱਲ ਰੋਡ ਠੀਕ ਹੈ ਜੀ ਲੁਧਿਆਣੇ ਦੇ ਵਿੱਚ ਚਲੋ ਆਪਾਂ ਸਮਝ ਦੀ ਬਚਤ ਕਰਦੇ ਹੋਏ ਵੀਡੀਓ ਦਿਖਾਉਂਦੇ ਆ ਤਾਂ ਤੁਸੀਂ ਮੇਰੇ ਨਾਲ ਮੇਨ ਇੰਟਰਸਟ ਹੈ ਠੀਕ ਹੈ ਜੀ ਉੱਪਰ ਆ ਕਵਰ ਕੀਤਾ ਹੋਇਆ ਐਰਨ ਨਾਲ ਇਹਨਾਂ ਦਾ ਫਾਈਬਰ ਤੇ ਐਰਨ ਦਾ ਗੇਟ ਹੈ ਠੀਕ ਹੈ ਬਾਕੀ ਤੁਹਾਨੂੰ ਮੈਂ ਹੋਰ ਦੱਸਦਾ ਆ ਤੁਸੀਂ ਦੇਖ ਲਓ ਠੀਕ ਹੈ ਤੁਸੀਂ ਵੀ ਇਹਨੂੰ ਜਿਵੇਂ ਮਾੜੋ ਮੋਟੇ ਟਾਇਲ ਲਾ ਸਕਦੇ ਹੋ ਵਿੱਚ ਉਹ ਜਿਹੜਾ ਮੈਂ ਤੁਹਾਨੂੰ ਘਰ ਦਿਖਾਉਂਗਾ ਸਾਰਾ ਬਹੁਤ ਸ਼ਾਨਦਾਰ ਘਰ ਆ ਜਾਨਕਿ ਕੰਦਾ ਕੁੰਦਾ ਜਿਹੜੀਆਂ ਨਾ ਟਾਇਲਟ ਬਾਥਰੂਮ ਹੋ ਗਿਆ ਹੋਰ ਕੰਦਾ ਹੋ ਗਈਆਂ ਮਾ ਤੇਲਾਂ ਲੱਗੀਆਂ ਹੋਈਆਂ ਠੀਕ ਆ ਸਾਫ਼ ਸੁਥਰਾ ਮਕਾਨ ਕਹਿਣ ਦਾ ਮਤਲਬ ਆ ਦੇਖ ਲਓ ਜੀ 4 ਤੋਂ 4.5 5 ਫੁੱਟ ਦੀ ਜਿਹੜੀ ਇਹਦੀ ਐਂਟਰੀ ਹੈ ਠੀਕ ਹੈ ਜੀ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਬਾਹਰ ਆਇਓ ਮੜਾ ਜਾ ਆ ਜਿਹੜਾ ਗੇਟ ਆ ਠੀਕ ਹੈ ਮੰਨ ਲਓ ਆ ਦੇਖ ਲਓ ਆ ਦਿਖਾਓ ਜੀ ਆ ਜਿਹੜਾ ਗੇਟ ਹੈ ਜਿਵੇਂ ਮੰਨ ਲਓ ਉੱਪਰ ਤੁਹਾਡਾ ਕਿਰਾਏਦਾਰ ਆ ਠੀਕ ਹੈ ਪ੍ਰਾਈਵੇਸੀ ਲਈ ਜਿਵੇਂ ਮੰਨ ਲਓ ਇਹ ਤਾਂ ਚਲੋ ਇਹਨਾਂ ਦਾ ਆਪਦਾ ਹੀ ਆ ਜਾਣ ਪਹਿਚਾਨ ਵਾਲਿਆ ਇਹਨਾਂ ਨੇ ਜਾਨਕੀ ਖੋਲੇ ਹੀ ਨਹੀਂ ਇਹ ਤੁਸੀਂ ਪ੍ਰਾਈਵੇਸੀ ਲਈ ਉਹਨੂੰ ਬਾਹਰ ਦੀ ਵੀ ਬੰਦਾ ਜਿਹੜਾ ਕਿਰਾਏਦਾਰ ਆ ਬਾਹਰ ਦੀ ਐਂਟਰੀ ਕਰ ਸਕਦਾ ਉੱਪਰਲੇ ਪੋਜੀਸ਼ਨ ਤੇ ਇਧਰਲਾ ਤੁਹਾਡੀ ਜਾਨਕੀ ਪ੍ਰਾਈਵੇਸੀ ਰੋ ਠੀਕ ਹੈ ਜੀ ਬੰਦ ਕਰ ਸਕਦੇ ਹੋ ਤੁਸੀਂ ਆਜੋ ਜੀ ਅੰਦਰ ਓਹੋ ਤੇ ਆਹ ਮਾਰਵਲ ਆ ਠੀਕ ਹੈ ਜੀ ਮਾਰਵਲ ਲੱਗਾ ਹੋਇਆ ਨੀਚੇ ਸਾਰਾ ਸਟੇਅਰ ਨੇ ਆ ਜਾਨਕੀ ਇਧਰ ਦੀ ਵੀ ਐਂਟਰੀ ਜਾਂਦੀ ਉਹ ਮੈਂ ਤੁਹਾਨੂੰ ਬਾਹਰੋਂ ਗੇਟ ਦਿਖਾਈ ਦਿੱਤਾ ਠੀਕ ਹੈ ਆ ਕੰਦਾ ਕੁੰਦਾ ਤੇ ਦੇਖ ਲੋ ਇਹ ਸਾਰਾ ਮਾਰਵਾਲਾ ਹੱ ਲੱਗੀ ਹੋਈ ਆ ਵੋਲਟੇਜ ਲੱਗੀ ਹੋਈ ਆ ਠੀਕ ਹੈ ਜੀ ਆ ਆ ਗਿਆ ਜੀ ਫਰਸਟ ਬੈਡਰੂਮ ਆ ਜਾਓ ਜੀ ਠੀਕ ਹੈ ਜੀ 3x6 ਦੀ ਜਿਹੜੀ ਸਪੇਸ ਹੈ ਵੁੱਡਨ ਦਾ ਬਾਕੀ ਮਾਲਕਾਂ ਨੇ ਇਹ ਕੋਈ ਉਦਾਂ ਨਹੀਂ ਹੈਗਾ ਜੀ ਹਨਾ ਕੰਮ ਕਰਾਇਆ ਹੋਇਆ ਤੇ ਮਾਲਕਾਂ ਨੇ ਆਪ ਜਾਨੀ ਕਿ ਸਾਰਾ ਹੱਥੀਂ ਕੰਮ ਕਰਾਇਆ ਹੋਇਆ ਉਹ ਕਹਿੰਦੇ ਜੀ ਸਾਡਾ ਪੈਸਾ ਲੱਗਿਆ ਪਰ ਉਹਨਾਂ ਦੇ ਮੁੰਡੇ ਦੀ ਇੱਥੇ ਕੰਮ ਇੱਥੇ ਹੀ ਕਰਦਾ ਲੁਧਿਆਣੇ ਪਰ ਆਊਟਸਾਈਡ ਤੇ ਕਰਦਾ ਠੀਕ ਹੈ ਉਹਨਾਂ ਨੂੰ ਇੱਧਰ ਆਉਣਾ ਜਾਣਾ ਔਖਾ ਹੋ ਜਾਂਦਾ ਉਹ ਕਹਿੰਦੇ ਵੀ ਚਲੋ ਕਿਉਂ ਨਾ ਅਸੀਂ ਇਹ ਸੇਲ ਕਰਕੇ ਇਹੀ ਬਜਟ ਦੇ ਵਿੱਚ ਅਸੀਂ ਉ ਠੀਕ ਹੈ ਜੀ ਆਹ ਦੇਖ ਲਓ ਸਾਰਾ ਦੇਖ ਲਓ ਸਾਰੀਆਂ ਕੰਧਾਂ ਜਿਹੜੀਆਂ ਵੋਲਟਾਈਲ ਲੱਗੀ ਹੋਈ ਆ ਵੀ ਐ ਨਹੀਂ ਹੈਗੀ ਕਿਤੇ ਸੈੱਲ ਆ ਜਾਂ ਉਦਾਂ ਹੈ ਨਾ ਸਾਰਾ نیچے ਮਾਰਵਲ ਲੱਗਿਆ ਹੋਇਆ 10x10 ਦੇ ਦੋ ਰੂਮ ਮਿਲਨੇ ਆ ਤੁਹਾਨੂੰ ਠੀਕ ਹੈ ਜੀ 21 ਫਰੰਟ ਆ ਨਾ ਇਹ ਕਿਉਂ ਹੀ ਲੰਬਾਈ ਹੈ ਦੀ ਤੇ ਉਹਦੇ ਵਿੱਚ ਜਿਹੜੇ 10x10 ਦੇ ਦੋ ਰੂਮ ਇਹਨਾਂ ਨੇ ਜਿਹੜੇ ਮੈਨੇਜ ਕੀਤੇ ਹੋਏ ਆ ਠੀਕ ਹੈ ਇੱਕ ਕਿਚਨ ਆ ਗਰਾਉਂਡ ਫਲੋਰ ਤੇ ਇੱਕ ਕਿਚਨ ਨਾਲ ਟਾਇਲਟ ਬਾਥਰੂਮ ਆ ਦੋ ਬੈੱਡਰੂਮ ਆ ਚਲੋ ਜੀ ਆਪਾਂ ਦੂਜੇ ਬੈੱਡਰੂਮ ਤੇ ਚੱਲਦੇ ਆ ਠੀਕ ਹੈ ਕਲੀਨਿੰਗ ਬਹੁਤ ਹੈ ਜੀ ਮਕਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹਦੀ ਸਪੇਸ ਵੀ ਜਿਹੜੀ 10x10 ਦੀ ਹੈ ਤੇ ਆ ਸਾਰਾ ਬੋਲਟ ਲੱਗੀ ਹੋਈ ਆ نیچے ਮਾਰਬਲ ਹੈ ਠੀਕ ਹੈ ਆ ਉੱਪਰ ਆ ਦਿਖਾਇਓ ਜੀ ਆ ਵੀ ਕੈਬਨ ਇਹਨਾਂ ਨੇ ਹੈ ਨਾ ਜਿਹੜਾ ਮੰਨ ਲਓ ਆਪਦਾ ਲੀੜਾ ਕਪੜਾ ਵਾ ਹੋਰ ਅਲੂਮੀਨੀਅਮ ਦੇ ਕੈਬਨ ਬਣਾਏ ਹੋਏ ਆ ਠੀਕ ਹੈ ਇੱਥੇ ਤੁਸੀਂ ਵਧੀਆ ਸਟੋਰ ਕਰ ਸਕਦੇ ਹੋ ਆਪਦਾ ਸਮਾਨ ਰੱਖ ਸਕਦੇ ਹੋ ਤੇ ਆ ਆ ਗਿਆ ਜੀ ਕਿਚਨ ਇੱਕ ਲੌਬੀ ਦੇ ਵਿੱਚ ਠੀਕ ਹੈ ਜੀ ਲੋਬੀ ਦੇ ਵਿੱਚ ਐਂਟਰੀ ਆ ਛੋਟਾ ਜਿਹਾ ਕਿਚਨ ਕਿਉਂਕਿ ਜਗ੍ਹਾ 50 ਗੱਜ ਹੋਣ ਦੇ ਨਾਲ ਜਿਹੜੀ ਮੈਨੇਜਮੈਂਟ ਆ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਆ ਹੈਨਾ ਕਿਚਨ ਇਹ ਮੇਨ ਹੁੰਦੀਆਂ ਕਿਚਨ ਬਾਥਰੂਮ ਜਿਵੇਂ ਰੂਮ ਉਹ ਚੀਜ਼ਾਂ ਇਹਨਾਂ ਨੇ ਜਿਹੜੀ ਮੈਨੇਜਮੈਂਟ ਆ ਥੋੜੀ ਜਗ੍ਹਾ ਦੇ ਵਿੱਚ ਵਧੀਆ ਤਰੀਕੇ ਨਾਲ ਕੀਤੀ ਹੋਈ ਆ ਠੀਕ ਆ ਆ ਦੇਖ ਲਓ ਯਾਨੀ ਕਿ ਮੰਨ ਲਓ ਵਧੀਆ ਇੱਥੇ ਆ ਸਿੰਕ ਲੱਗਿਆ ਹੋਇਆ ਠੀਕ ਆ ਜੀ ਬਰਤਨ ਧੋਣ ਨੂੰ ਤੇ ਆ ਜਿਹੜੇ ਇਹਨਾਂ ਨੇ ਬਣਾਏ ਹੋਏ ਹਨ ਕੱਪ ਬੋਰਡ ਇਹ ਕਹਿੰਦੇ ਅਲੂਮੀਨੀਅਮ ਦੇ ਆ ਜੀ ਸਾਡੇ ਹੈਨਾ ਬਣਾਏ ਹੋਏ ਨੇ ਤੇ ਆ ਫਿਲਟਰ ਫਿਲਟਰ ਲੱਗਿਆ ਹੋਇਆ ਜੋ ਵੀ ਹੈਨਾ ਹਣਾ ਮਿਲ ਜਾਣੀਆਂ ਰੇਟ ਬਿਲਕੁਲ ਜਾਇਜ਼ ਆ ਇਹ ਆਈ ਟਾਇਲਟ ਬਾਥਰੂਮ ਆ ਜੋ ਮੜਾ ਅੰਦਰ ਦਿਖਾ ਦੋ ਠੀਕ ਹੈ ਜੀ ਇੰਗਲਿਸ਼ ਸੀਟ ਆ ਗੀਜ਼ਰ ਲੱਗਿਆ ਹੋਇਆ ਵੋਲਟ ਆ ਸਾਰੀ ਕੰਧ ਤੇ ਲੱਗੀ ਹੋਈ ਆ ਇਹਨ ਵੀ ਹੈਗਾ 4 4 ਫੁੱਟ ਤੇ ਲਾਤੀ ਸਾਰੀ ਕੰਧ ਹੀ ਕਵਰ ਕੀਤੀ ਹੋਈ ਆ ਕਿਉਂਕਿ ਇਹਨਾਂ ਨੇ ਸੌਂਕ ਨਾਲ ਹਨਾ ਤਿਆਰ ਕੀਤਾ ਹੋਇਆ ਸਾਰਾ ਆਵਾਸ਼ ਵਿਸ਼ਨ ਬਾਹਰ ਆ ਗਿਆ ਤੇ ਆ ਗਿਆ ਜੀ ਏਰੀਆ ਇਹਨਾਂ ਦਾ ਠੀਕ ਹੈ ਤੇ ਇੱਥੇ ਪਾਣੀ ਕਿਹੜਾ ਹੁੰਦਾ ਤੁਹਾਡਾ ਸਰਕਾਰੀ ਆ ਹੁੰਦਾ ਨਾ ਸਰਕਾਰੀ ਪਾਣੀ ਆ ਠੀਕ ਹੈ ਜੀ ਤੇ ਇਹਨਾਂ ਦਾ ਨਾ ਇੱਥੇ ਉਹ ਲੱਗੀ ਹੋਈ ਆ ਮੋਟਰ ਠੀਕ ਹੈ ਜੀ ਪਾਣੀ ਦੀ ਤੇ ਇਸ ਵਾਰਸ ਜਿਹੜਾ ਸੀਵਰੇਜ ਪਿਆ ਹੋਇਆ ਉਹ ਇਹ ਜੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਤੇ ਬਾਕੀ ਆ ਜੋ ਉੱਪਰ ਚੱਲਦੇ ਹੁਣ ਉੱਪਰਲੇ ਤੇ ਤੇ نیچے ਵੀ ਸਪੇਸ ਬਹੁਤ ਆ ਬਾਕੀ ਗੱਡੀ ਵਾਲਾ ਨਾ ਗੱਡੀ ਵਾਲੇ ਵੀਰ ਨਾ ਫੂਨ ਲਾਉਣ ਗੱਡੀ ਵਾਲੇ ਵੀਰ ਫੂਨ ਨਾ ਲਾਉਣ ਕਿਉਂਕਿ ਇੱਥੇ ਗੱਡੀ ਗਲੀ 'ਚ ਆ ਜਾਂਦੀ ਆ ਹਨਾ ਅੰਦਰੋਂ ਅੰਦਰ ਵਾਲਾ ਕੋਈ ਹਿਸਾਬ ਕਿਤਾਬ ਨਹੀਂ ਤੁਹਾਨੂੰ ਆਪ ਪਤਾ ਪਿਆਗਾ ਜਗ੍ਹਾ ਵਾ ਜਿਹੜੇ ਟੂ व्हीਲਰ ਆ ਸਾਈਕਲ ਮੋਟਰਸਾਈਕਲ ਤੁਸੀਂ ਅੰਦਰ ਲਾ ਸਕਦੇ ਹੋ ਹਨਾ ਉਹ ਚੀਜ਼ ਕੋਈ ਪਰੋਲ ਨਹੀਂ ਆ ਜਾਓ ਜੀ ਉੱਪ ਤੇ ਬਾਕੀ ਲੋਕੇਸ਼ਨ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਤੁਹਾਡੇ ਲਈ ਇਹ ਮਕਾਨ ਲੈ ਕੇ ਆਇਆ 50 ਗਾਜ ਦੇ ਵਿੱਚ ਜਿਹੜਾ ਕਿ ਡਬਲ ਸਟੋਰੀ ਹੈ ਚਾਰ ਬੈੱਡਰੂਮ ਆ ਬਾਬੇਓ ਇਹਦੇ ਵਿੱਚ 50 ਗਾਜ ਦੇ ਵਿੱਚ ਚਾਰ ਬੈੱਡਰੂਮ ਠੀਕ ਹੈ ਆ ਦੇਖੋ ਸੇਮ ਨਾਸਾ ਜਿਵੇਂ نیچے ਸੀ ਉਦਾਂ ਹੀ ਉੱਪਰ ਆ ਠੀਕ ਹੈ ਲਾਈਟਾਂ ਔਨ ਕਰ ਲਈ ਆਪਾਂ ਮੜੀਆਂ ਜੀਆਂ ਲਾਈਟ ਜੀ ਦੋ ਬੈੱਡਰੂਮ ਆ ਇਹਦੇ ਵਿੱਚ ਠੀਕ ਹੈ ਜੀ ਇੱਕ ਆ ਬੈੱਡਰੂਮ ਆ ਗਿਆ ਜਿਵੇਂ نیچے ਸੀ ਦੋ ਬੈੱਡਰੂਮ ਕਿਚਨ ਤੇ ਟਾਇਲਟ ਬਾਥਰੂਮ ਉਦਾਂ ਹੀ ਜਿਹੜਾ ਫਰਸਟ ਫਲੋਰ ਆ ਉਹਦੇ ਤੇ ਵੀ ਇਦਾਂ ਹੀ ਤੁਹਾਨੂੰ ਮਿਲਣਾ ਠੀਕ ਆ ਬਾਕੀ ਇਹਦੇ ਵਿੱਚ ਇਹ ਆ ਵੀ نیچے ਉਹ ਆਪ ਰਹਿੰਦੇ ਆ ਉਹਨਾਂ ਨੇ ਵਧੀਆ ਤਿਆਰ ਕੀਤਾ ਹੋਇਆ ਹਨਾ ਟਾਇਲ ਟੂਲ ਲਾਈ ਹੋਈ ਆ ਕੰਦਾ ਤੇ ਵੀ ਇੱਥੇ ਪਰ ਤੁਹਾਨੂੰ ਕਲਰ ਪੇਂਟ ਹੀ ਮਿਲਣਾ ਠੀਕ ਹੈ ਜੀ ਆ ਬਾਹਰਲੇ ਪਾਸੇ ਵਿੰਡੋ ਹੈ ਆ ਬਾਲਕੋਨੀ ਹੈ ਇਹਨਾਂ ਨੇ ਕੋਲਰ ਲਾਇਆ ਕਰਾਇਦਾਰ ਰਹਿੰਦੇ ਨੇ ਇੱਥੇ 5 55000 ਰੁਪਿਆ ਇਹਨਾਂ ਨੂੰ ਯਾਨੀ ਕਿ ਪੇ ਕਰਦੇ ਨੇ ਹੈਨਾ ਇਨਕਮ ਦਾ ਸੋਰਸ ਵੀ ਆ ਜੇ ਮੰਨ ਲਓ ਤੁਹਾਡੀ ਛੋਟੀ ਫੈਮਿਲੀ ਆ ਤਿੰਨ ਤੋਂ ਚਾਰ ਜੀ ਆ ਤੁਸੀਂ ਥੱਲੇ ਰਹਿ ਸਕਦੇ ਹੋ ਉੱਪਰਲਾ ਕਰਾਇਤੇ ਦੇ ਦੋ ਉੱਪਰ ਵੀ ਬਣਿਆ ਹੋਇਆ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਬਹੁਤ ਵਧੀਆ ਚੀਜ਼ ਆ ਲੋਕੇਸ਼ਨ ਵੀ ਬਹੁਤ ਵਧੀਆ ਕਿਉਂਕਿ ਬਿਲਕੁਲ ਜਿਹੜੀਆਂ ਮਾਰਕੀਟਾਂ ਇੱਥੇ ਹਸਪੀਟਲ ਸਕੂਲ ਠੀਕ ਹੈ ਹੋਰ ਮਾਰਕੀਟਾਂ ਸਬਜ਼ੀ ਦੀ ਮੰਡੀ ਲਾ ਲੋ ਉਹ ਬਿਲਕੁਲ ਨੇੜੇ ਆ ਕੋਈ ਜਿਵੇਂ ਮੰਨ ਲਓ ਤੁਹਾਨੂੰ ਬੱਸ ਸਰਵਿਸ ਹੋ ਗਈ ਨੇੜੇ ਆਟੋ ਸਰਵਿਸ ਹੋ ਗਈ ਨਿਕਲਦੇ ਆ ਜਿਵੇਂ ਮੰਨ ਲਓ ਤੁਸੀਂ ਕੰਮ ਧੰਦੇ ਜਾਣਾ ਆਟੋ ਸਰਵਿਸ ਵੀ ਹੈ ਨਾ ਹੈਗੀ ਆ ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਬਾਕੀ ਆ ਦੂਜਾ ਬੈਡਰੂਮ ਆ ਗਿਆ ਕਲਰ ਪੇਂਟ ਸਾਰਾ ਹੋਇਆ ਹੋਇਆ ਠੀਕ ਹੈ ਜੀ 10x10 ਦਾ ਇਹ ਬੈਡਰੂਮ ਆ ਦੋਨੇ ਬੈਡਰੂਮ ਆ ਜਿਹੜੇ ਉੱਪਰ 10x10 ਦੇ ਆ ਠੀਕ ਹੈ ਜੀ ਲੁਧਿਆਣੇ ਸ਼ਹਿਰ ਤੋਂ 50 ਗਾਜ ਦੇ ਵਿੱਚ ਡਬਲ ਸਟੋਰੀ ਰਹਿੰਦਾ ਰੇਟ ਆ ਰੇਟ ਤੁਹਾਨੂੰ ਮੈਂ ਦੱਸੂਗਾ ਬਣੇ ਰਿਓ ਵੀਡੀਓ ਦੇ ਵਿੱਚ ਆ ਆ ਗਿਆ ਜੀ ਇਹ ਹੈਗੀ ਆ ਜੀ 6x6 ਦੀ ਆ ਕਿ ਠੀਕ ਹੈ ਜਿਵੇਂ ਉੱਪਰ ਇਹਨਾਂ ਦੇ ਕੱਪ ਬੋਰਡ ਨਹੀਂ ਬਣੇ ਹੋਏ ਆਹ ਸੈਲਫ ਬਣਾਈ ਹੋਈ ਆ ਜਿਵੇਂ ਮੰਨ ਲਓ ਆਪਦਾ ਵਰਤਨਾ ਇੱਥੇ ਵਧੀਆ ਲਾ ਸਕਦੇ ਹੋ ਹਨ ਤੇ ਆਹ ਮਾਰਬਲ ਆ ਜਿਹੜਾ ਗ੍ਰੇਨਾਈਟ ਪੱਥਰ ਲੱਗਿਆ ਹੋਇਆ ਸਾਰੀ ਸੈਲਫ ਤੇ ਠੀਕ ਹੈ نیچے ਵੀ ਜਿਹੜਾ ਆਹ ਮਾਰਬਲ ਦੀ ਟੁਕੜੀ ਲੱਗੀ ਹੋਈ ਆ نیچے ਫਲੋਰ ਟਾਈਲ ਨਹੀਂ ਮਾਰਬਲ ਦੀ ਟੁਕੜੀ ਆ ਠੀਕ ਹੈ ਜੀ ਆਹ ਸਾਰਾ ਬਾਹਰ ਆਹ ਦੇਖ ਲਓ ਉੱਪਰ ਵੀ ਆਪਾਂ ਚੱਲਾਂਗੇ ਉੱਪਰ ਵੀ ਇਹਨਾਂ ਦਾ ਇੱਕ ਸਟੋਰ ਬਣਾਇਆ ਹੋਇਆ ਬਾਕੀ ਤੁਸੀਂ ਅੱਗੇ ਦੀ ਸੋਚਣੀਆਂ ਉੱਪਰ ਵੀ ਤੁਸੀਂ ਦੋ ਬੈੱਡਰੂਮ ਜਾਂ ਇੱਕ ਬੈੱਡਰੂਮ ਬਣਾ ਸਕਦੇ ਹੋ ਠੀਕ ਹੈ ਉੱਪਰਲਾ ਵੀ ਕਿਰਾਏ ਤੇ ਚੜ ਸਕਦਾ ਤੁਹਾਡਾ ਆ ਬਾਹਰਲਾ ਏਰੀਆ ਬਾਲਕਨੀ ਹੈ ਠੀਕ ਹੈ ਜੀ ਇੱਕ ਤੋਂ ਡੇਢ ਫੁੱਟ ਜਿਹੜੀ ਸਪੇਸ ਆ ਆ ਗਿਆ ਜੀ ਟਾਇਲਟ ਬਾਥਰੂਮ ਠੀਕ ਹੈ ਜੀ ਤੇ ਆ ਵੀ ਦੇਖ ਲਓ ਸਾਰਾ ਸਾਫ ਸੁੱਥਰਾ ਇੰਗਲਿਸ਼ ਟਾਇਲਟ ਸੀਟ ਆ ਠੀਕ ਹੈ ਜੀ 5 ਤੋਂ 6 ਫੁੱਟ ਦੀ ਉਚਾਈ ਤੇ ਜਿਹੜੀ ਬੋਲਟ ਆ ਲੱਗੀ ਹੋਈ ਆ ਸਪੇਸ ਦੀ ਗੱਲ ਕਰੀਏ ਤੇ ਇਹਦੀ 3x6 ਦੀ ਸਪੇਸ ਆ ਓਕੇ ਜੀ ਇਹ ਸੀਗਾ ਜੀ ਫਸਟ ਫਲੋਰ ਜਿਹੜਾ ਕੰਪਲੀਟ ਹੋ ਚੁੱਕਿਆ ਤੇ ਚਲੋ ਆਪਾਂ ਉੱਪਰ ਚੱਲਦੇ ਹਾਂ ਹੁਣ ਵੀਡੀਓ ਦੇ ਵਿੱਚ ਬਣੇ ਰਹੋ ਬਾਬਾ ਜੀ ਵੀਡੀਓ ਵਧੀਆ ਲੱਗੀ ਹੈ ਨਾ ਲਾਈਕ ਅਤੇ ਕਮੈਂਟ ਇਹ ਨਹੀਂ ਵੀ ਜਾਨੀ ਕਿ ਵਧੀਆ ਕੋਠੀਆਂ ਨਿਖਾਉਂਦੇ ਆ ਅੱਜ ਤੁਰਿਆਓ ਵਧੀਆ ਆਜ ਤੁਰਿਆ ਤੁਰਿਆ ਵਧੀਆ ਕੁਝ ਨਿਖਾਉਣਾ ਹੈ ਨਾ ਤੇ ਪਰ ਕਈ ਪਰਿਵਾਰ ਹੁੰਦੇ ਨੇ ਯਾਰ ਫੋਨ ਲਾ ਦਿੰਦੇ ਨੇ ਵੀ ਇਹ ਚੀਜ਼ਾਂ ਨੂੰ ਇਗਨੋਰ ਨਾ ਮਾਰਿਆ ਕਰੋ ਜਿਹੜੇ ਸਸਤੇ ਮਕਾਨ ਹੁੰਦੇ ਆ ਮੈਂ ਹਰੇਕ ਵੀਡੀਓ ਦੇ ਵਿੱਚ ਕਹਿੰਨਾ ਤੇ ਲੋੜ ਹੁੰਦੀ ਆ ਬਹੁਤ ਪਰਿਵਾਰ ਜਾਨੀ ਕਿ ਬਹੁਤ ਦੁਨੀਆ ਆਪਾਂ ਨੂੰ ਦੇਖਦੀ ਆ ਤੇ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਜਾਨੀ ਕਿ 40 50 ਲੱਖ ਲੀਏ ਕੋਠੀਆਂ ਲੈਣ ਨੂੰ ਫਿਰਦੇ ਆ ਕੋਈ ਪਰਿਵਾਰ ਸੋਚਦੇ ਹੁੰਦੇ ਆ ਨਾ ਵੀ ਯਾਰ 10 20 ਲੱਖ ਰੁਪਏ ਵਾਲਾ ਆਪਾਂ ਨੂੰ ਮਕਾਨ ਮਿਲ ਜੇ ਚੱਲ ਆਪਣਾ ਰਹਿਸ ਹੋ ਜੇ ਹਣਾ ਤੇ ਤਾਂ ਵੀ ਆਪਾਂ ਨੂੰ ਇਹ ਵੀਡੀਓ ਜਿਹੜੀਆਂ ਕਵਰ ਕਰਨੀਆਂ ਪੈਣੀਆਂ ਕਿਉਂਕਿ ਫੋਨ ਸਾਰਿਆਂ ਦੇ ਆਉਂਦੇ ਆ ਤੇ ਹਰੇਕ ਦੀ ਮੰਨਣੀ ਪੈਂਦੀ ਆ ਮੈਨੂੰ ਦਿਖਾਉਣਾ ਤੇ ਬਾਕੀ ਹੈ ਨਾ ਪਤਾ ਕੀ ਆ ਹਰੇਕ ਤਰ੍ਹਾਂ ਦਾ ਆਪਾਂ ਨੂੰ ਮਕਾਨ ਦਿਖਾਉਣਾ ਪੈਂਦਾ ਤੇ ਆਹ ਦੇਖੋ ਜਿਹੜਾ ਫਰਸ ਹੈ ਨਾ ਜਾਨੀ ਕਿ ਜਿਹਨੇ ਵੇਚਣਾ ਹੁੰਦਾ ਤੁਸੀਂ ਇੱਥੋਂ ਹਿਸਾਬ ਲਾ ਸਕਦੇ ਹੋ ਕੋਈ ਟਾਇਲ ਲਵਾ ਕੇ ਦਿੰਦਾ ਆਹ ਦੇਖੋ ਆਪਦੇ ਲਈ ਇਹਨਾਂ ਨੇ ਬਣਾਈ ਸੀ ਟਾਇਲ ਲਾਈ ਆ ਸਾਰੀ ਫਲੋਰ ਟਾਇਲ ਲੱਗੀ ਹੋਈ ਆ ਅਲੱਗ-ਅਲੱਗ ਕਲਰ ਦੀ ਅਲੱਗ-ਅਲੱਗ ਡਿਜ਼ਾਈਨ ਦੀ ਹੈ ਨਾ ਚਲੋ ਜੋ ਵੀ ਬਾਧੂ ਘਰ ਟੂ ਪੀ ਸੀ ਇਹਨਾਂ ਨੇ ਟਕਾਤੇ ਤੇ ਆਹ ਜਿਹੜਾ ਇਹਨਾਂ ਨੇ ਨਾ ਇੱਕ ਸ ਕਿਉਂਕਿ ਇਹਨਾਂ ਨੂੰ ਐ ਸੀ ਟਾਇਲਟ ਬਾਥਰੂਮ ਵੀ ਉੱਪਰ ਬਣਿਆ ਹੋਇਆ ਠੀਕ ਹੈ ਟਾਇਲ ਲੱਗੀ ਹੋਈ ਆ ਬਾਕੀ ਤੁਹਾਡਾ ਮਨ ਹੋਵੇ ਜਿਵੇਂ ਮੰਨ ਲਓ 50ਗਾ ਜਗਾ ਵਾ ਠੀਕ ਹੈ ਡਬਲ ਸਟੋਰੀ ਹੈ ਤੇ ਤੁਸੀਂ ਇਹਨੂੰ ਇੱਕ ਹੋਰ ਜਿਹੜਾ ਉੱਪਰ ਫਲੋਰ ਬਣਾ ਸਕਦੇ ਹੋ ਠੀਕ ਹੈ ਉਹਦਾ ਵੀ ਜਿਵੇਂ 4 ਤੋਂ 5000 ਰੁਪਿਆ ਰੈਂਟ ਤਾਂ ਤੇ ਇਹ ਕਰ ਸਕਦੇ ਹੋ ਬਾਕੀ ਤੁਹਾਨੂੰ ਇਨਵੈਸਟਮੈਂਟ ਜਿਹੜੀ ਕਰਨੀ ਪਵੇਗੀ ਜੇਕਰ ਤੁਸੀਂ ਰੈਂਟ ਤੇ ਚਾੜਨਾ ਨਹੀਂ ਤਾਂ ਜਿੱਦਾਂ ਦਾ ਬਣਿਆ ਉਦਾਂ ਦਾ ਵੀ ਠੀਕ ਆ ਕੋਈ ਬਹੁਤਾ ਮਾੜਾ ਨਹੀਂ ਹੈ ਨਾ ਤੇ ਆ ਵੀ ਜਿਹੜਾ ਇਹਨਾਂ ਨੇ ਸਟੋਰ ਬਣਾਇਆ ਜਿਵੇਂ ਵਾਧੂ ਘਾਟੂ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਧਾਰ ਵਾਲੀਆਂ ਜਿਹੜੀਆਂ ਜਿਨ੍ਹਾਂ ਦੀ ਘੱਟ ਲੋੜ ਪੈਂਦੀ ਆ ਉਹ ਇਹਦੇ ਵਿੱਚ ਇਹਨਾਂ ਨੇ ਸਟੋਰ ਕਰਕੇ ਰੱਖੀਆਂ ਹੋਈਆਂ ਠੀਕ ਹੈ ਜੀ ਤੇ ਇਹ ਸੀਗਾ ਜੀ ਅੱਜ ਮਕਾਨ ਜਿਹੜਾ ਆਪਾਂ ਤੁਹਾਡੇ ਲਈ ਲੈ ਕੇ ਆਏ ਸੀ ਲੁਧਿਆਣੇ ਤੋਂ ਠੀਕ ਹੈ ਪ੍ਰਾਈਜ਼ ਰਹਿ ਗਿਆ ਪ੍ਰਾਈਜ਼ ਦੱਸਦਾ ਮੈਂ ਤੁਹਾਨੂੰ 18 ਲੱਖ ਰੁਪਇਆ ਜਿਹੜਾ ਮਾਲਕਾਂ ਨੇ ਡਿਮਾਂਡ ਕੀਤਾ ਠੀਕ ਹੈ ਜੀ ਡਿਮਾਂਡ ਕੀਤੀ ਆ ਏਰੀਆ ਬਾਬੇ ਉਹ ਸ਼ਹਿਰੀ ਆ ਬਿਲਕੁਲ ਐ ਹੀ ਨਹੀਂ ਹੈਗੀ ਵੀ ਸ਼ਹਿਰ ਤੋਂ ਬਾਹਰ ਚਲੀ ਗਈ ਜੀ ਕਲੋਨੀ ਉੱਥੇ ਰਹਿائش ਹੈ ਨਹੀਂ ਕਈ ਵਾਰੀ ਤੁਹਾਡਾ ਮਨ ਨਹੀਂ ਲੱਗਦਾ ਪਰ ਜਦੋਂ ਆਉਂਗੇ ਤੁਹਾਨੂੰ ਰਹਿਣਾ ਵਸ ਤੁਸੀਂ ਮਨ ਵੀ ਲੱਗੂ ਮਾਰਕੀਟ ਵੀ ਕੋਲੇ ਆ ਠੀਕ ਹੈ ਤੇ ਮੇਨ ਰੋਡ ਆ ਜਿਹੜੇ ਗੱਲ ਰੋਡ ਹੋ ਗਿਆ ਨਹਿਰ ਹੋ ਗਈ ਈਸਰ ਚੌਕ ਹੋ ਗਿਆ ਗੱਲ ਚੌਕ ਹੋ ਗਿਆ ਸਾਰੇ ਲਾਗੇ ਤੱਕ ਗਿਆ ਆਪਾਂ ਨਹਿਰ ਤੋਂ ਮੰਨ ਕੇ ਚੱਲੋ ਜਿਨੇ ਗੱਲ ਰੋਡ ਨਹਿਰ ਦੇਖੀ ਆ ਗੱਲ ਰੋਡ ਉੱਥੋਂ 1 ਕਿਲੋਮੀਟਰ ਦੀ ਦੂਰੀ ਤੇ ਮੈਂ ਖੜਾ ਆਂ ਅੰਦਰ ਨੂੰ ਠੀਕ ਤੇ ਉਥੇ ਜਿਹੜਾ ਮਕਾਨ ਆ 50 ਗਜ ਦੇ ਵਿੱਚ 18 ਲੱਖ ਰੁਪਏ ਜਿਹੜੀ ਮਾਲਕਾਂ ਨੇ ਡਿਮਾਂਡ ਕੀਤੀ ਆ ਪੈਸਿਆਂ ਦੀ ਚਲੋ ਉਹਨਾਂ ਨੂੰ ਲੋੜ ਹੈ ਵੇਚ ਕੇ ਉਹਨਾਂ ਨੇ ਹੋਰ ਜਗ੍ਹਾ ਤੇ ਲੈਣਾ ਤੇ ਮੌਕੇ ਤੇ ਅਡਜਸਟਮੈਂਟ ਹੋ ਜੂ ਜਿਹੜੇ ਵੀਰ ਨੇ ਮਕਾਨ ਖਰੀਦਣਾ ਉੱਪਰ ਦਿੱਤੇ ਨੰਬਰ ਤੇ ਕਾਲ ਕਰ ਸਕਦਾ ਬਾਹਰ ਘਾਟ ਹੋ ਜੂ ਰਹੀ ਗੱਲ ਲੋਨ ਵਾਲਿਆਂ ਨੂੰ ਦੱਸਣਾ ਐਨਓਸੀ ਵੀ ਹੈਗੀ ਆ ਰਜਿਸਟਰੀ ਵੀ ਹੈਗੀ ਆ ਇੱਕ ਜਿਹੜਾ ਟੀਡੀਐਸ 1 ਹੁੰਦਾ ਹਨਾ ਮਾਰਕੀਟ ਕਮੇਟੀ ਕੋਲ ਲੈਨੇ ਆਪਾਂ ਉਹ ਕਢਾਉਣ ਵਾਲਾ ਉਹ ਮੌਕੇ ਤੇ ਨਿਕਲ ਜਾਣਾ ਐਨਓਸੀ ਜ਼ਰੂਰੀ ਹੁੰਦੀ ਆ ਆਪਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਐਨਓਸੀ ਕਿਉਂ ਤੋਂ ਮਿਲਦੀ ਨਹੀਂ ਪਰ ਇਹਨਾਂ ਦੇ ਕੋਲੇ ਜਿਹੜੀ ਐਨਓਸੀ ਅਤੇ ਰਜਿਸਟਰੀ ਸਾਰੇ ਕਾਗਜ਼ ਜਿਹੜੇ ਕੰਪਲੀਟ ਆ ਓਕੇ ਤੇ ਲੋਨ ਤੁਸੀਂ ਆਸਾਨੀ ਨਾਲ ਕਰਾ ਸਕਦੇ ਹੋ ਇਹ ਲੋਨ ਕਰਾਉਣ ਦੇ ਲਈ ਵੀ ਸਾਨੂੰ ਉੱਪਰ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਬਸ ਫਿਲਹਾਲ ਅੱਜ ਇਹੀ ਸੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰ ਦਿਓ ਮਿਲਦੇ ਫਿਰ ਨੈਕਸਟ ਵੀਡੀਓ ਦੇ ਵਿੱਚ ਉੱਤੇ ਬਾਅਦ